ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ YouTube ਤੇ ਤੁਹਾਡੇ ਚੈਨਲ ਤੇ ਸਵਾਗਤ ਹੈ ਤੇ ਅੱਜ ਸਾਡੇ ਨਾਲ ਸਾਰੇ ਫੈਮਿਲੀ ਮੈਂਬਰ ਨੇ ਜਠਾਣੀਆਂ ਮੇਰੀ ਫਰੈਂਡ ਆ ਤੇ ਦੀਦੀ ਨੇ ਕਿੱਥੇ ਗਈ ਤੇ ਅਸੀਂ ਅੱਜ ਸ਼ੂਟ ਤੇ ਆਏ ਹਾਂ ਬਹੁਤ ਜ਼ਿਆਦਾ ਨਰਵਸ ਹਾਂ ਕਿਉਂਕਿ ਮੈਨੂੰ ਡਰ ਬਹੁਤ ਲੱਗਣ ਦਿਆ ਤੇ ਸ਼ੂਟ ਦਾ ਨਾਮ ਦੱਸੋ ਤੁਸੀਂ ਇਹ ਜੀ ਪੰਜਾਬੀ ਵਾਲੇ ਆਏ ਅੱਜ ਉਹ ਕਿਹੜਾ ਸੀ ਸੀਜ਼ਨ ਸੁਪਰਸਟਾਰ 9 ਸੀਜ਼ਨ 2 ਦਾ ਅੱਜ ਅਸੀਂ ਸ਼ੂਟ ਕਰਨਾ ਪਰ ਅਸੀਂ ਨਰਵਸ ਬਹੁਤ ਆ ਨੂੰ ਗੱਲ ਨਹੀਂ ਆਉਂਦੀ ਸਹੀ ਗੱਲ ਆ ਅਸੀਂ ਉਦਾਂ ਬਹੁਤ ਬੋਲਦੇ ਹਾਂ ਪਰ ਅੱਜ ਸਾਡੀ ਬੋਲਤੀ ਬੰਦ ਹੋ ਰਹੀ ਹੈ ਹਾਂਜੀ ਇਹਨਾਂ ਦਾ ਸ਼ੂਟ ਥੋੜਾ ਜਿਹਾ ਹੋ ਗਿਆ ਤੇ ਇਹਨਾਂ ਦਾ ਤੇ ਡਾਊਟ ਜਿਹੜਾ ਕਲੀਅਰ ਹੋ ਗਿਆ ਮੇਰਾ ਥੋੜਾ ਸਾਹ ਸੌਖਾ ਹੋ ਗਿਆ ਇੱਕ ਸ਼ੂਟ ਕਰਨ ਤੋਂ ਸਾਰੇ ਮੈਂਬਰਾਂ ਨੂੰ ਵਾਰੀ-ਵਾਰੀ ਪੁੱਛ ਰਹੇ ਆ ਫੈਮਿਲੀ ਮੈਂਬਰ ਨੂੰ ਤੇ ਮੈਨੂੰ ਬਹੁਤ ਡਰ ਲੱਗਾ ਲਿਆ ਸਾਰੇ ਮੇਰੇ ਹੱਕ 'ਚ ਹੀ ਬੋਲ ਰਹੇ ਆ ਬਟ ਫਿਰ ਵੀ ਤੁਹਾਨੂੰ ਪਤਾ ਹੁੰਦਾ ਕਿ ਕੈਮਰੇ ਕੜੀ ਬੋਲਣਾ ਬਹੁਤ ਕਿਉਂਕਿ ਅਸੀਂ ਤਾਂ ਗਿੱਜੇ ਆ ਫੋਨਾਂ ਵਿੱਚ ਬੋਲਣਾ ਮੈਨੂੰ ਬਹੁਤ ਕੈਮਰੇ ਅੱਗੇ ਫੇਸ ਕਰਨਾ ਔਖਾ ਸਾਨੂੰ ਹਾਂਜੀ ਅਤੇ ਸਾਰੇ ਮੈਂਬਰ ਜਿੰਨੇ ਸਾਰੇ ਫੈਮਿਲੀ ਮੈਂਬਰ ਬਹੁਤ ਸਾਥ ਦਿੰਦੇ ਆ ਮੇਰੀ ਮੰਮੀ ਪਾਪਾ ਜਦੋਂ ਮੈਂ ਉਹਨਾਂ ਨੂੰ ਦੱਸਿਆ ਅਤੇ ਕਿਸੇ ਨੇ ਮਨਾ ਨਹੀਂ ਕੀਤਾ ਕਿ ਤੁਸੀਂ ਕਿਉਂ ਜਾ ਰਹੇ ਹੋ ਜਾਂ ਕਿੱਦਾਂ ਹਮੇਸ਼ਾ ਸਾਡੇ ਘਰ ਕਿਉਂ ਵਾਲਾ ਵਰਡ ਤਾਂ ਜਿਹੜਾ ਯੂਸ ਹੀ ਨਹੀਂ ਹੁੰਦਾ ਹਮੇਸ਼ਾ ਹਾਂ ਜੀ ਹੁੰਦਾ ਅਤੇ ਡੈਡੀ ਜੀ ਨੇ ਉਸੇ ਲਈ ਕਿਹਾ ਕਿ ਮੈਂ ਬੋਲੂੰਗਾ ਆਪਣੇ ਨੌਂ ਕਿਉਂਕਿ ਉਹ ਮਤਲਬ ਵੀ ਉਹਨਾਂ ਨੂੰ ਹੁੰਦਾ ਕਿ ਡੇਲੀ ਸਾਡੀ ਜੋ ਕੁਛ ਕਰਦੀ ਅਸੀਂ ਉਹ ਲਈ ਬੋਲਾਂਗੇ ਜ਼ਰੂਰ ਅਤੇ ਇਹ ਵੀ ਸਰਦਾਰ ਜੀ ਬਹੁਤ ਚੰਗਾ ਬੋਲ ਗਏ ਉੱਦਾਂ ਤਾਂ ਮੈਨੂੰ ਬਹੁਤ ਮਾੜਾ ਬੋਲਦੇ ਹੈਗੇ ਬਹੁਤ ਘਬਰਾਟਾਂ ਹੁੰਦੀਆਂ ਤੈਨੂੰ ਘਬਰਾਹਟ ਹੁੰਦੀ ਕੋਈ ਨੀਂਦ ਆਉਂਦੀ ਮੈਨੂੰ ਭਰਾ ਰਾਤ ਦਾ ਸਮਾਗਮ ਦੇਖਿਆ ਦੀਪ ਤੈਨੂੰ ਕਿੱਦਾਂ ਮਨ ਲੱਗਣਾ ਦੀਪ ਦਾ ਮੂੰਹ ਚ ਬਾਇਆ ਲੱਗਣ ਦੇ ਮੈਨੂੰ ਥੋੜਾ ਡਰ ਲੱਗਦਾ ਮੈਨੂੰ ਬਹੁਤ ਡਰ ਲੱਗਦਾ ਮੇਰੇ ਕੋਲ ਤੇ ਬੋਲਿਆ ਨਹੀਂ ਜਾਣ ਦਿਆ ਉੱਥੇ ਮੈਨੂੰ ਕਿਹਾ ਗਾਣਾ ਬੋਲੋ ਤੇ ਵੇਰੀ ਨੇ ਕੱਖ ਨਹੀਂ ਬੋਲਿਆ ਭਾਬੀ ਨੇ ਤੇਰੀ ਸੁਣਾ ਤੇ ਡੈਡੀ ਤੁਹਾਨੂੰ ਕੋਈ ਬੋਲਣਗੇ ਦੱਸ ਦੋਗੇ ਡੈਡੀ ਪੂਰੇ ਤਿਆਰ ਬੈਠੇ ਹਾਂਜੀ ਤੁਹਾਨੂੰ ਕਿੱਦਾਂ ਤਾਂ ਲੱਗਣ ਡਿਆ ਉਹ ਸਾਨੂੰ ਕੂਣ ਵੀ ਨਹੀਂ ਦੇਣ ਡਿਆ ਮੰਮੀ ਨੂੰ ਪੁੱਛਣ ਡਿਆ ਮੰਮੀ ਡਰ ਗਏ ਉਹਨਾਂ ਨੂੰ ਹੌਂਸਲਾ ਦੇਣਾ ਆਉਣਾ ਪੈਣ ਡਿਆ ਮਨਦੀਪ ਕੀ ਸਪੋਰਟ ਕਰਕੇ ਅਸੀਂ ਮੰਮੀ ਨੂੰ ਡੈਡੀ ਨੇ ਬੜਾ ਰੌਲਾ ਪਾਇਆ ਮੈਂ ਪਹਿਲਾਂ ਜਾਂਦਿਆਂ ਸ਼ੂਟ ਕਰ ਦੇਣਾ ਹੁਣ ਵੇਖੋ ਭਲਾ ਕੀ ਕਰਦੇ ਡੈਡੀ ਨੂੰ ਸਮਝਾਉਣ ਡਿਆ ਮੰਮੀ ਕੀ ਬੋਲਿਆ ਤੁਸੀਂ ਕੀ ਬੋਲ ਕੇ ਆਏ ਡੈਡੀ ਦੀ ਮਾਰੀ ਡੈਡੀ ਕੋਈ ਕਰਦੇ ਡੈਡੀ ਤੁਹਾਨੂੰ ਆਂਦੇ ਬੰਬੇ ਲਾਏ ਨਾ ਨਾਲ ਹੀ ਅਸੀਂ ਆਂਦੇ ਤੁਹਾਨੂੰ ਨਾਲ ਹੀ ਬੰਬੇ ਲਾਏ ਨਾ ਤੁਸੀਂ ਬਹੁਤ ਵਧੀਆ ਬੋਲੇ ਉਹ ਆਂਦੇ ਭੱਲੇ ਦਾ ਰੋਲ ਕਰਾਇਆ ਕਰਨਾ ਤੁਹਾਨੂੰ ਭੱਲੇ ਦਾ ਰੋਲ ਕਰਾਇਆ ਕਰਨਾ ਤੁਹਾਨੂੰ ਇਹਨਾਂ ਚਲਦੇ ਹੋਏ
ਸਾਨੂੰ ਵੀ ਬਹੁਤ ਬਹੁਤ ਮਜ਼ਾ ਆਇਆ ਤੁਹਾਡੇ ਸਾਰਿਆਂ ਦੇ ਨਾਲ ਔਰ ਪਰਮਾਤਮਾ ਕਰੇ ਕਿ ਹਮੇਸ਼ਾ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਖੁਸ਼ੀਆਂ ਦੇ ਖੇੜੇ ਇਸ ਪਰਿਵਾਰ ਵਿੱਚ ਹਮੇਸ਼ਾ ਸਾਂਝਦੇ ਰਹਿਣ ਜੋ ਅੱਜ ਕੱਲ੍ਹ ਮੌਕਾ ਮਿਲਿਆ ਇਕੱਠੇ ਹੋਣ ਦਾ ਤਾਂ ਉਮਰ ਮਿਲਦਾ ਰਹੇ ਔਰ ਹਮੇਸ਼ਾ ਹਮੇਸ਼ਾ ਇਸੇ ਤਰ੍ਹਾਂ ਹੀ ਹੱਸਦੇ ਹੋਏ ਚਿਹਰਿਆਂ ਨਾਲ ਰਹੋ ਚੜ੍ਹਦੀ ਅੱਗ ਲੱਚ ਰਹੋ ਆਲ ਦ ਬੈਸਟ ਇੱਥੇ ਹੈਗੀਆਂ ਨੇ ਜਾਏਗਾ ਔਰ ਇਸ ਚਮਚ ਦੇ ਰਾਹੀਂ ਤੁਸੀਂ ਇਹਨਾਂ ਬਾਲਸ ਨੂੰ ਆਪਣੇ ਬਾਊਲ ਵਿੱਚ ਇਕੱਠਾ ਕਰਨ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਸੋ ਹੁਣ ਤੁਹਾਨੂੰ ਦਿਖੇਗਾ ਨਹੀਂ ਤਾਂ ਤੁਸੀਂ ਕਰੋਗੇ ਕਿਵੇਂ ਪਹਿਲਾ ਅੰਦਾਜ਼ਾ ਦੂਸਰਾ ਤੁਹਾਡੇ ਜਿਹੜੇ ਸਾਥੀ ਖੜੇ ਨੇ ਪਿੱਛੇ ਉਹ ਤੁਹਾਡੀ ਮਦਦ ਕਰਨਗੇ ਇਸ ਵਿੱਚ ਠੀਕ ਹੈ ਸੋ ਤੁਹਾਡੀ ਹੱਲਾ ਸ਼ੇਰੀ ਇਹਨਾਂ ਨੂੰ ਚਾਹੀਦੀ ਹੋਏਗੀ ਤਿਆਰ ਹੋ ਦੋਵੇਂ ਜਾਣੇ ਸ਼ੁਰੂ ਕਰੀਏ ਹਾਂਜੀ ਸੋ ਪਹਿਲਾਂ ਬਲਾਈਂਡ ਫੋਲਡ ਕਰ ਲਓ ਆਪਣੇ ਆਪ ਨੂੰ ਇਮਾਨਦਾਰੀ ਨਾਲ ਦੱਸ ਦਿਓ ਦਿੱਖ ਤਾਂ ਨਹੀਂ ਰਿਹਾ ਕਾਫੀ ਇਮਾਨਦਾਰੀ ਸੋ ਚਲੋ ਜੀ ਆਲੋ ਆਪਣੇ ਬਾਊਸ ਫੜ ਲਓ ਔਰ ਤੁਹਾਡਾ 1 ਮਿੰਟ ਦਾ ਟਾਈਮ ਦੂਸਰੇ ਪਲੇਅਰਸ ਨੂੰ ਕਾਫੀ ਕਾਰੀ ਬਿਲਕੁਲ ਤਿਆਰ ਬਰ ਤਿਆਰ ਖੇਡਣ ਲਈ ਸੋ 1 ਮਿੰਟ ਦਾ ਟਾਈਮਰ ਸ਼ੁਰੂ ਹੁੰਦਾ ਹੈ ਤੀਸਰੇ ਪਲੇਅਰ ਸਾਡੇ ਵਿੱਚ ਆ ਚੁੱਕੇ ਨੇ ਦੇਖਦੇ ਆ ਕੌਣ ਜਿੱਤਦਾ ਇਹੀ ਦੱਸਣਗੇ ਰੌਣਕ ਮੇਲਾ ਦਾ ਅਸਲ ਵਿਜੇਤਾ ਕੌਣ ਹੈ ਐਡਮਿਸ਼ਨ ਹੈ ਪੋਸਟ ਹੈ ਸਾਡੇ ਬੰਦਿਆਂ ਦੇ ਨਾ ਦਿਮਾਗ ਇਸ ਟਾਈਮ ਘੁੱਲ ਘੁੰਮੇ ਹੋਏ ਆ ਨਾ ਘੁੰਮੇ ਪਏ ਆ ਵੀ ਕਰਨਾ ਕੀ ਇੰਨੇ ਬੰਦੇ ਵੇਖ ਕੇ ਵੈਸੇ ਬੰਦਾ ਡਰ ਜਾਂਦਾ ਹਾਂਜੀ ਅੱਜ ਦਾ ਕਾਫੀ ਸ਼ੂਟ ਜਿਹੜਾ ਸੀਗਾ ਬਹੁਤ ਵਧੀਆ ਰਿਹਾ ਕਿ ਮਾਲਾ ਕਰ ਰਹੇ ਜਿੱਤ ਗਏ ਤੇ ਮੁੰਡੇ ਜਿੱਤ ਗਏ ਕੁੜੀਆਂ ਹਾਰ ਗਈਆਂ ਤੇ ਸਾਡੀ ਇਹ ਮੇਰੀ ਜਠਾਣੀ ਨੇ ਮੈਨੂੰ ਹਰਾਤਾ ਇਹ ਵੀਰ ਜੀ ਨੇ ਵੀ ਜਿਤਾਇਆ ਸੀ ਵੀਰ ਜੀ ਨੇ ਸਾਨੂੰ ਜਿਤਾਇਆ ਤੇ ਇਧਰੋਂ ਦੀਪ ਦੀਦੀ ਨੇ ਦੀਪ ਦੀਦੀ ਦੀਪ ਦੀਦੀ ਨੇ ਕਾਫੀ ਹੈਲਪ ਕੀਤੀ ਪਰ ਫਿਰ ਵੀ ਇੱਕ ਜਿੱਤ ਲਿਆ ਤੇ ਸਾਰੀ ਫੈਮਿਲੀ ਬਹੁਤ ਹਜੇ ਮੰਮੀ ਦਾ ਸ਼ੂਟ ਜਿਹੜਾ ਬਾਕੀ ਆ ਬਾਕੀ ਸਾਰਿਆਂ ਦਾ ਹੋ ਗਿਆ ਆ ਹਾਂਜੀ ਇਹਨਾਂ ਨੂੰ ਕਿਹਾ 2-3 ਘੰਟੇ ਦਾ ਹੀ ਸ਼ੂਟ ਆ ਤੇ ਇਹਨਾਂ ਸ਼ੂਟ ਲਿਆ ਘੱਟੋ ਘੱਟ 5 ਘੰਟੇ ਗਰਮੀ ਬਹੁਤ ਹੀ ਪਰ ਬੜਾ ਮਜ਼ਾ ਆਇਆ ਬੜਾ ਵਧੀਆ ਲੱਗਾ ਹੁਣ ਹਨ ਵਧੀਆ ਲੱਗਣ ਦਾ ਪਹਿਲੋਂ ਇਹ ਨਰਵਸ ਆ ਇਹ ਪੂਰੀ ਟੀਮ ਹੈ ਪਿੱਛੇ ਤੇ ਵੇਖੋ ਸ਼ੂਟ ਦੇ ਜਿੰਨੇ ਮੈਂਬਰ ਆ ਸਾਰੇ ਕੁਝ ਬਾਅਦ ਵਾਲੇ ਹਾਂ ਇਹ ਸਭ ਤੋਂ ਪਹਿਲਾਂ ਇਹ ਦੀਦੀ ਦਾ ਫੋਨ ਆਇਆ ਇਹ ਅਨੂ ਮੈਂ ਹੀ ਮੈਸੇਜ ਕੀਤਾ ਸੀ ਹਾਂਜੀ ਸਾਰੀ ਇਹਨਾਂ ਦੀ ਮਿਹਰਬਾਨੀ ਹੈ ਇਹਨਾਂ ਦੀ ਮਿਹਰਬਾਨੀ ਇਹਨਾਂ ਨੇ ਮੈਨੂੰ ਟੀਵੀ ਤੇ ਲੈ ਕੇ ਆਂਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਵੱਡੀ ਫੈਨ ਆ ਅਸੀਂ ਤੁਹਾਡੇ ਹੋ ਗਏ ਹੁਣ ਅਸੀਂ ਤੁਹਾਡੇ ਹੋ ਗਏ ਜੀ ਆਪਾਂ ਜੀ ਦੇ ਬਹੁਤ ਜਿਆਦਾ ਆਦੇ ਭਾਈ ਐ ਨੇ ਤੁਹਾਡੇ ਫੈਮਿਲੀ ਮੈਂਬਰ ਹੁੰਦੇ ਨਾ ਤਾਂ ਪਤਾ ਹੀ ਲੱਗਦਾ ਮੇਰਾ ਜੀ ਸੁਭਾਅ ਬਾਬੇ ਦੀ ਕਿਰਪਾ ਨਾਲ ਇਦਾਂ ਦਾ ਹੀ ਹੈ ਜੀ ਇਦਾਂ ਦਾ ਰਵੇ ਇਦਾਂ ਥੋੜੀ ਜਿਹੀ ਮੈਨੂੰ ਵੀ ਦੋ ਮੈਂ ਛੇਤੀ ਕਿਸੇ ਘੁਲਦਾ ਮਿਲਦਾ ਨਹੀਂ ਤੁਸੀਂ ਫੌਜੀ ਬੰਦੇ ਹੋ ਨਾ ਨਹੀਂ ਇਕੱਲੇ ਰਹਿਣਾ ਜੇ ਪਸੰਦ ਕਰਦੇ ਨਹੀਂ ਇਕੱਲਾ ਤੇ ਰੁੱਖ ਨਹੀਂ ਬਾਜ਼ਾਰ 'ਚ ਕਹਿੰਦੇ ਚਾਹੀਦਾ ਪਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰਾ ਨਾਮ ਮਨਦੀਪ ਕੌਰ ਹੈ ਤੇ ਸਾਡਾ ਜੀ ਪੰਜਾਬੀ ਤੇ ਸ਼ੋਅ ਆ ਰਿਹਾ ਸੁਪਰ ਸਟਾਰ ਨੂੰ ਸੀਜ਼ਨ 2 ਤੇ ਫਰਾਈਡੇ ਨੂੰ ਆ ਰਿਹਾ 23 ਤਰੀਕ ਨੂੰ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਸਾਰੇ ਜਣੇ ਜ਼ਰੂਰ ਦੇਖਣਾ ਹੈ ਅਸੀਂ ਕਾਫੀ ਸਾਰੇ ਫੈਮਿਲੀ ਦੇ ਸੀਕਰੇਟ ਜਿਹੜੇ ਉਹ ਸ਼ੇਅਰ ਕੀਤੇ ਬਹੁਤ ਸਾਰੀਆਂ ਗੇਮਾਂ ਖੇਲੀਆਂ ਬਹੁਤ ਮਸਤੀ ਕੀਤੀ ਸਾਰੇ ਜਣੇ ਜ਼ਰੂਰ ਦੇਖਣਾ ਹੈ ਜੀ ਦਿਨ ਸ਼ੁੱਕਰਵਾਰ